ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ, ਜਿਹਦੇ ਵਿੱਚ ਰੋਟੇਸ਼ਨ ਦੇ ਮੁੱਦਿਆਂ ਤੋਂ ਇਲਾਵਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ, ਉਹ ਦਿਵਸ 450 ਸਾਲਾਂ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ 'ਤੇ 16, 17 ਅਤੇ 18 ਸਪਤੰਬਰ ਨੂੰ ਮਨਾਇਆ ਜਾ ਰਿਹਾ, ਜਿਹਦੇ ਸੰਬੰਧ ਦੇ ਵਿੱਚ ਸਬ ਕਮੇਟੀ ਬਣਾਈ ਸੀ, ਉਹਨਾਂ ਨੇ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਅਤੇ ਉਹਦੇ ਵਿੱਚ ਅੱਜ ਫੈਸਲਾ ਹੋਇਆ ਕਿ ਉਸ ਸ਼ਤਾਬਦੀ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਉਹ ਸਾਹਿਬਾਂ ਦੇ ਉਸ ਪਵਿੱਤਰ ਸਥਾਨ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਤੁਰੰਤ ਜਿਹੜਾ ਆ ਉਹ ਦਫ਼ਤਰ ਖੋਲ੍ਹ ਕੇ ਉੱਥੇ ਇੱਕ ਮੀਤ ਸਕੱਤਰ ਲੈਵਲ ਦਾ ਅਧਿਕਾਰੀ ਉੱਥੇ ਲਾ ਕੇ ਉਹਦੀਆਂ ਤਿਆਰੀਆਂ ਦੇ ਲਈ ਚੌਖੇ ਤੌਰ ਦੇ ਉੱਤੇ ਪ੍ਰਬੰਧ ਕੀਤੇ ਜਾਣ। ਅਤੇ ਦੂਸਰਾ, 14 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਸਾਰੇ ਸਿੱਖ ਕੌਮ ਨੇ ਮਨਾਉਣਾ, ਭਾਵੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ 'ਤੇ ਵੀ ਮਨਾਇਆ ਜਾਂਦਾ, ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਮਨਾਇਆ ਜਾਂਦਾ, ਪਰ ਇਸ ਵਾਰ 14 ਅਪ੍ਰੈਲ ਦਾ ਦਿਹਾੜਾ ਮਹਾਨ ਕੀਰਤਨ ਦਰਬਾਰ ਦੇ ਰੂਪ ਦੇ ਵਿੱਚ ਅਤੇ ਅਮਰ ਸੰਚਾਰ ਦੇ ਰੂਪ ਦੇ ਵਿੱਚ ਸਾਹਿਬਾਂ ਦੇ ਉਸ ਅਸਥਾਨ ਦੇ ਉੱਤੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਚੇਚੇ ਤੌਰ 'ਤੇ ਪ੍ਰੋਗਰਾਮ ਅੱਜ ਦਾ ਉਸ 14 ਅਪ੍ਰੈਲ ਦਾ ਲਿਖਿਆ ਗਿਆ। ਸੋ ਇਹ ਤੋਂ ਇਲਾਵਾ ਇੱਕ ਦੋ ਜਿਹੜੇ ਮਸਲੇ ਬਹੁਤ ਜ਼ਰੂਰੀ ਅਤੇ ਗੰਭੀਰ ਆ, ਉਹ ਆ ਕਿ ਹੁਣ ਹੋਲਾ ਮਹੱਲਾ 25, 26 ਅਤੇ 27 ਤਰੀਕ ਨੂੰ ਖਾਲਸਾ ਪੰਥ ਦੀ ਉਹ ਪਵਿੱਤਰ ਧਰਤੀ ਜਿੱਥੇ ਸਤਿਗੁਰਾਂ ਨੇ ਖਾਲਸੇ ਨੂੰ ਪ੍ਰਗਟ ਕੀਤਾ 1699 ਦੇ ਵਿੱਚ, ਉੱਥੇ ਸਤਿਗੁਰਾਂ ਨੇ ਜਿੱਥੇ ਮਾਨਸਿਕ ਤੌਰ 'ਤੇ ਜਿਹੜੇ ਮਨੁੱਖਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਮੌਤ ਦੇ ਭੈ ਤੋਂ ਮੁਕਤ ਕਰਕੇ ਗੁਰਸ਼ਬਦ ਨਾਲ ਪਵਿੱਤਰ ਨਿਤਨੇਮ ਨਾਲ ਜੋੜਿਆ, ਪਵਿੱਤਰ ਗੁਰਬਾਣੀ ਨਾਲ ਜੋੜਿਆ, ਉੱਥੇ ਹੀ ਸਤਿਗੁਰੂ ਜੀ ਨੇ ਹੋਲਾ ਮਹੱਲਾ, ਉਹ ਇੱਕ ਐਸਾ ਤਿਉਹਾਰ ਆ ਜਿਹੜਾ ਸਿੱਖ ਪੰਥ ਸਮੁੱਚੇ ਤੌਰ ਦੇ ਉੱਤੇ ਕੋਨੇ ਕੋਨੇ ਤੋਂ ਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਵੀ ਹੁੰਦਾ ਔਰ ਵੱਡੇ ਅੰਮ੍ਰਿਤ ਸੰਚਾਰ ਵੀ ਹੁੰਦੇ ਆ। ਅਤੇ ਅਕਸਰ ਦੇਖਣ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਹਨੇ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਇਹ ਹੋਲਾ ਮਹੱਲਾ ਸਤਿਗੁਰੂ ਜੀ ਨੇ ਜਿਹੜੀਆਂ ਰੂਹਾਂ ਮਾਨਸਿਕ ਤੌਰ 'ਤੇ ਤਕੜੀਆਂ ਹੁੰਦੀਆਂ ਉਹ ਸਰੀਰਕ ਤੌਰ 'ਤੇ ਵੀ ਤਕੜੀਆਂ ਹੁੰਦੀਆਂ, ਜਿੰਨਾ ਚਿਰ ਸਰੀਰ ਨਹੀਂ ਤਕੜਾ ਉਨਾ ਚਿਰ ਮਾਨਸਿਕ ਤੌਰ 'ਤੇ ਵਿਅਕਤੀ ਜਿਹੜਾ ਆ ਉਸ ਪੱਧਰ 'ਤੇ ਨਹੀਂ ਵਿਚਰ ਸਕਦਾ। ਸੋ ਸਤਿਗੁਰਾਂ ਨੇ ਰਿਸ਼ਟ ਪੁਸ਼ਟ ਤੌਰ 'ਤੇ ਗੱਤਕੇ ਦੇ ਜ਼ੋਰ ਇਹ ਮਹੱਲੇ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਸੀ। ਅੱਜ ਵੀ ਇਹ ਪਰੰਪਰਾ ਸੁਰਜੀਤ ਆ, ਉਹ ਮਹੱਲਾ ਜਾ ਕੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹ ਜਾ ਕੇ ਸਮਾਪਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੱਤਕੇ ਦੇ ਜਿਹੜੇ ਉਹ ਜ਼ੋਰ ਵੀ ਦਿਖਾਉਂਦੀਆਂ ਔਰ ਗੱਤਕਾ ਖੇਡਦੇ ਵੀ ਆ। ਸੋ ਸੰਗਤਾਂ ਦੀ ਵੱਡੇ ਪੱਧਰ 'ਤੇ ਆਮਦ ਹੁੰਦੀ ਆ। ਮੈਂ ਨਿਮਰਤਾ ਸਹਿਤ ਅੱਜ ਧਰਮ ਪ੍ਰਚਾਰ ਕਮੇਟੀ ਨੇ ਸਮੁੱਚੇ ਤੌਰ 'ਤੇ ਫੈਸਲਾ ਕੀਤਾ ਕਿ ਉਸ ਹੋਲੇ ਮਹੱਲੇ ਨੂੰ ਧਾਰਮਿਕ ਪਰੰਪਰਾਵਾਂ ਦੇ ਅਨੁਕੂਲ ਮਨਾਇਆ ਜਾਵੇ।
ਇਹ ਨਹੀਂ ਗਾ ਵੀ ਆਪਾਂ ਜਾਈਏ ਅਤੇ ਮੇਲੇ ਦੇ ਰੂਪ ਵਿੱਚ ਮਨਾਈਏ, ਬੱਚਿਆਂ ਨੂੰ ਵੀ ਸਤਿਕਾਰ ਸਹਿਤ ਉਹਨਾਂ ਨੂੰ ਉਹਨਾਂ ਦੀ ਭਾਵਨਾ ਨੂੰ ਵੀ ਨਮਸਕਾਰ ਕਰਦੇ ਹਾਂ, ਉਹਨਾਂ ਦੀ ਆਸਥਾ ਨੂੰ ਵੀ ਨਮਸਕਾਰ ਕਰਦੇ ਹਾਂ। ਉੱਥੇ ਜਾਓ ਗੁਰੂ ਕੇ ਸਿੱਖ, ਗੁਰੂ ਕੇ ਸਿੱਖ ਕਹਿਣ ਤੋਂ ਭਾਵ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਜੇ ਟਰੈਕਟਰਾਂ 'ਤੇ ਪਹਿਲਾਂ ਤਾਂ ਵੱਡੇ ਪੱਧਰ 'ਤੇ ਡੈੱਕ ਨਾ ਲਾਓ, ਛੋਟੇ ਪੱਧਰ 'ਤੇ ਜੇ ਲਾਏ ਵੀ ਆ ਤਾਂ ਸਤਨਾਮ ਵਾਹਿਗੁਰੂ ਦਾ ਜਾਂ ਗੁਰਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਉਹ ਜਿਹੜੇ ਆ ਉੱਥੇ ਆਪਣੇ ਡੈੱਕਾਂ 'ਤੇ ਚਲਾਏ ਜਾਣ। ਨਾ ਕਿ ਕਈ ਵਾਰੀ ਇੱਕ ਬੰਦਾ ਕਰਦਾ ਅਤੇ ਭਰਨੀ ਸਾਰਿਆਂ ਨੂੰ ਪੈਂਦੀ ਆ। ਉਹ ਪਿਛਲੇ ਸਾਲ ਐਸਾ ਵਰਤਾਰਾ ਵਰਤ ਗਿਆ ਜਿਹੜਾ ਅੱਜ ਤੱਕ ਸਾਨੂੰ ਸਾਰਿਆਂ ਨੂੰ ਸ਼ਰਮਸ਼ਾਰ ਕਰਦਾ। ਸੋ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਔਰ ਉਚੇਚੇ ਤੌਰ 'ਤੇ ਜਿੰਨੇ ਟਰੈਕਟਰਾਂ ਵਾਲੇ ਟਰਾਲੀਆਂ ਵਾਲੇ ਉੱਥੇ ਪਹੁੰਚਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਜਾਬਤੇ ਦੇ ਵਿੱਚ ਰਹਿਣਾ। ਜਾਬਤਾ ਕੀ ਆ ਕਿ ਜੀ ਕਹਿਣਾ ਅਤੇ ਜੀ ਕਹਾਉਣਾ, ਪਿਆਰ ਸਾਰਿਆਂ ਨਾਲ ਕਰਨਾ, ਅਦਬ ਸਤਿਕਾਰ ਦੇ ਨਾਲ ਰਹਿਣਾ ਅਤੇ ਅਦਬ ਸਤਿਕਾਰ ਹੀ ਸਿਖਾਲਣਾ। ਇਹੋ ਗੁਰੂ ਖਾਲਸੇ ਨੂੰ ਸਤਿਗੁਰੂ ਜੀ ਨੇ ਸਮੱਤ ਬਖਸ਼ਿਸ਼ ਕੀਤੀ ਸੀ। ਸੋ ਸਾਰਿਆਂ ਨੂੰ ਬੇਨਤੀ ਵੀ ਖੋਲ੍ਹਣਬਾਜ਼ੀ ਵਾਲੇ ਜਿਹੜੇ ਮਸਲੇ ਉਹ ਬਿਲਕੁਲ ਨਾ ਕੀਤੇ ਜਾਣ। ਐਤਕੀ ਇੱਕ ਮਿਸਾਲ ਕਾਇਮ ਕਰ ਦਿਓ ਕਿ ਜਿੱਦਾਂ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਸ਼ਹੀਦਾਂ ਦੀ ਧਰਤੀ 'ਤੇ ਜਦੋਂ ਮਹਾਨ ਨਗਰ ਕੀਰਤਨ ਜੋਤ ਸਰੂਪ ਨੂੰ ਜਾਂਦਾ ਮੇਨ ਆਪਣੇ ਫਤਿਹਗੜ੍ਹ ਦੇ ਮੇਨ ਅਸਥਾਨ ਤੋਂ, ਅਤੇ ਸਾਰੇ ਕਿਵੇਂ ਨਿਮਰਤਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ, ਅਤੇ ਗੱਤਕੇ ਦੇ ਵੀ ਨਾਲ ਐਤਕੀ ਤਾਂ ਸੰਗਤ ਇੰਨੀ ਸੀ ਵੀ ਗੱਤਕਾ ਖੇਡਣ ਦਾ ਕਿਸੇ ਨੂੰ ਸਬੱਬ ਹੀ ਨਹੀਂ ਮਿਲ ਸਕਿਆ। ਸੋ ਇੱਥੇ ਉਦੋਂ ਵੱਡਾ ਇਕੱਠ ਹੁੰਦਾ ਅਤੇ ਮੈਂ ਸਮਝਦਾ ਵੀ ਸਾਰੇ ਖਾਲਸਾ ਪੰਥ ਨੂੰ ਰਲ ਕੇ ਇਹ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉੱਥੇ ਘੱਟ ਜਾਂਦੀਆਂ, ਉਹ ਘਟਨਾਵਾਂ ਅਗਾਂਹ ਤੋਂ ਨਾ ਘਟਣ, ਇਸ ਕਰਕੇ ਬੜੇ ਸ਼ਾਂਤੀਪੂਰਵਕ ਆਉਣਾ ਅਤੇ ਸ਼ਾਂਤੀਪੂਰਵਕ ਜਾਣਾ। ਮੈਂ ਪਿਛਲੇ ਸਾਲ ਵੀ ਇੱਕ ਗੱਲ ਕਹੀ ਸੀ ਕਿ ਇੱਕ ਮਨੁੱਖ ਮੈਨੂੰ ਮਿਲਿਆ ਜ਼ਿੰਦਗੀ ਦੇ ਵਿੱਚ, ਉਹ ਕਹਿੰਦਾ ਮੈਂ ਹਰ ਸਾਲ ਹੋਲੇ ਮਹੱਲੇ 'ਤੇ ਜਾਂਦਾ ਅਤੇ ਇੱਕ ਆਪਗੁਣ ਛੱਡ ਕੇ ਆਉਣਾ, ਅਤੇ ਆਪਾਂ ਆਪਗੁਣ ਛੱਡੀਏ, ਗੁਣਾਂ ਨੂੰ ਧਾਰਨ ਕਰੀਏ, ਉਹ ਖੰਡੇ ਬਾਟੇ ਦੀ ਪੌਲ ਜਿੱਥੋਂ ਸਤਿਗੁਰੂ ਜੀ ਨੇ ਆਪੇ ਗੁਰਚੇਲਾ ਦੀ ਮਰਿਆਦਾ ਵੀ ਚਲਾਈ ਅਤੇ ਖਾਲਸੇ ਪੰਥ ਨੂੰ ਮਾਣ ਵੀ ਬਹੁਤ ਵੱਡਾ ਬਖਸ਼ਿਸ਼ ਕੀਤਾ। ਸੋ ਉੱਥੇ ਜਿਲ੍ਹੇ ਜਾਣਾ ਆਪਾਂ ਆਦਬ ਅਤੇ ਸਤਿਕਾਰ ਦੇ ਨਾਲ ਜਾਣਾ, ਕਿਸੇ ਵੀ ਪੱਖ ਦੀ ਜਿਹੜੀ ਆ ਉਹ ਸ਼ਾਂਤੀ ਉਹਨੂੰ ਆਪਾਂ ਭੰਗ ਨਹੀਂ ਕਰਨਾ। ਅਤੇ ਮੈਂ ਸਮਝਦਾ ਇਹੋ ਹੀ ਆਦੇਸ਼ ਸਮੁੱਚੇ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਸੀਗਾ। ਸੋ ਇਹ ਚੇਚੇ ਤੌਰ 'ਤੇ ਅੱਜ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਨੇਮਰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਇੱਕ ਜਾਬਤੇ ਦੇ ਵਿੱਚ ਰਹਿ ਕੇ ਉਸ ਖਾਲਸੇ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਵੀ ਹੋਣਾ ਅਤੇ ਉੱਥੋਂ ਕੁਛ ਸਿੱਖ ਕੇ ਵੀ ਆਉਣਾ, ਕੁਛ ਗਵਾ ਕੇ ਨਹੀਂ ਆਉਣਾ। ਇੰਨੀ ਬੇਨਤੀ ਕਰਕੇ ਤੁਹਾਡਾ ਮੈਂ ਸਾਰਿਆਂ ਦਾ ਮੀਡੀਆ ਦਾ ਵੀ ਧੰਨਵਾਦ ਕਰਦਾ ਅਤੇ ਤੁਹਾਡੇ ਮੀਡੀਆ ਰਾਹੀਂ ਸਾਰੇ ਸਿੱਖ ਕੌਮ ਨੂੰ ਇਹ ਸਿਨੇਮਰ ਬੇਨਤੀ ਵੀ ਕਰਦਾ ਕਿ ਆਪਾਂ ਸਾਰੇ ਬੱਚੇ ਵੀ ਜਾਣ, ਬਜ਼ੁਰਗ ਵੀ ਜਾਂਦੇ ਆ, ਸਾਰੇ ਜਾਣ ਪਰ ਇੱਕ ਜਾਬਤੇ ਦੇ ਵਿੱਚ ਜਾਈਏ, ਨਾ ਕਿ ਜਾਬਤਾ ਨਵਾਂ ਗਵਾ ਕੇ ਉੱਥੇ ਆਈਏ। ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।